ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ ਵਾਰ ਜਿਹੜੀ ਹੈ ਕਣਕ ਦੀ ਖਰੀਦ ਦੀ ਸ਼ੁਰੂਆਤ ਅੱਜ ਜਿਹੜੀ ਕਰ ਦਿੱਤੀ ਗਈ ਹੈ ਫਰੋਪੂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਪੁੱਲਰ ਵੱਲੋਂ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਇਹ ਕਣਕ ਜਿਹੜੀ ਮੰਡੀ ਵਿੱਚ ਆ ਚੁੱਕੀ ਹੋਈ ਹੈ ਔਰ ਮੰਡੀ ਦੇ ਵਿੱਚ ਜਿਹੜੀ ਕਣਕ ਹੈ ਉਹ ਸੁੱਕੀ ਕਣਕ ਲੈ ਆ ਕੇ ਕਿਸਾਨ ਜਿਹੜੇ ਹੈ ਮੰਡੀਆਂ ਵਿੱਚ ਜਿਹੜੀ ਕਣਕ ਸੱਟ ਰਹੇ ਨੇ ਔਰ ਜਿਹੜੀ ਅਸੀਂ ਗੱਲ ਕੀਤੀ ਜਾਵੇ ਤਾਂ ਇਸ ਵਾਰ ਪੰਜਾਬ ਸਰਕਾਰ ਦਾ ਜਿਹੜਾ ਟੀਚਾ ਹੈ ਕਰੀਬ ਜਿਹੜੀ ਹੈ 8 ਮੀਟਿਕ ਟਨ ਜਿਹੜੀ ਹੈ ਕਿ ਕਣਕ ਦੀ ਜਿਹੜੀ ਹੈ ਖਰੀਦ ਕੀਤੀ ਜਾਏਗੀ ਜਿਸ ਨੂੰ ਲੈ ਕੇ ਪ੍ਰਬੰਧ ਜਿਹੜੇ ਆ ਮੰਡੀ ਬੋਰਡ ਵੱਲੋਂ ਸਾਰੇ ਕਰ ਲਿੱਤੇ ਗਏ ਨੇ ਔਰ ਅੱਜ ਵਿਧਾਇਕ ਜਿਹੜੇ ਨੇ ਆਮ ਆਲੀ ਪਾਰਟੀ ਦੇ ਰਮਬੀਰ ਸਿੰਘ ਭੁੱਲਰ ਜਿਹੜੇ ਆ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅੱਜ ਕਣਕ ਦੀ ਜਿਹੜੀ ਖਰੀਦ ਜਿਹੜੀ ਸ਼ੁਰੂਆਤ ਕਰਾਈ ਗਈ ਹੈ ਤਾਂ ਗੱਲਬਾਤ ਕਰ ਲੈਣੇ ਆ ਕਿ ਅੱਜ ਜਿਹੜੀ ਕਣਕ ਦੀ ਖਰੀਦ ਸਟਾਰਟ ਕੀਤੀ ਗਈ ਹੈ ਸਰ ਕੀ ਪੈਰਾਮੀਟਰਸ ਨੂੰ ਲੈ ਕੇ ਸਰ ਅੱਜ ਖਰੀਦ ਜਿਹੜੀ ਸਟਾਰਟ ਕਰਾਈ ਗਈ ਪੈਰਾਮੀਟਰ ਕਣਕ ਸੁੱਕੀ ਹੈ ਜੀ ਜੋ ਸਰਕਾਰ ਦੀਆਂ ਔਰ ਜੋ ਸੈਂਟਰਲ ਗਵਰਨਮੈਂਟ ਦੀਆਂ ਹਦਾਇਤਾਂ ਆ ਉਹਨਾਂ ਨੂੰ ਵੇਖਦਿਆਂ ਹੋਇਆਂ ਮਤਲਬ ਫਸਲ ਚੱਕੀ ਜਾ ਰਹੀ ਹੈ ਜੀ ਸਰ ਪੰਜਾਬ ਸਰਕਾਰ ਦੇ ਦਾਅਵੇ ਸਿਗੇ ਕਿ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਖਰਚ ਖਵਾਈ ਨਹੀਂ ਹੋਏਗੀ ਤਾਂ ਇਸ ਵਾਰ ਜਿਹੜੀ ਸਰਕਾਰ ਦਾ ਟੀਚਾ ਜਿਹੜਾ ਹੈ ਕਰੀਬ ਹੈ ਕਿ 8 ਮੀਟਰ ਟਨ ਜਿਹੜਾ ਹੈ ਹਕੀਕਤਨ ਖਰੀਦੀ ਜਾਏਗੀ ਤਾਂ ਕਿਵੇਂ ਦੇਖਦੇ ਹੋ ਸਰ ਇਸ ਵਾਰ ਨਹੀਂ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਹੁਣਾ ਦਾ ਜਿਹੜਾ ਵਾਅਦਾ ਆ ਉਹ ਪੂਰਾ ਹੋਏਗਾ ਮੁੱਖ ਮੰਤਰੀ ਸਾਹਿਬ ਦਾ ਔਰ ਸਾਰੇ ਜਿਹੜੇ ਵਿਧਾਇਕ ਨੇ ਅਸੀਂ ਸਾਰੇ ਮੰਡੀਆਂ ਚ ਕਿਸਾਨਾਂ ਦੇ ਨਾਲ ਰਵਾਂਗੇ ਸਰ ਇਸ ਵਾਰ ਜਿਹੜੀ ਹੈ ਕਿ ਬੇਮੌਸਮੀ ਜਿਹੜੀ ਬਰਸਾਤ ਹੋਈ ਹੈ ਉਸ ਦੇ ਵਿੱਚ ਕਿਸਾਨਾਂ ਦੀ ਫਸਲ ਜਿਹੜੀ ਕਾਫੀ ਨੁਕਸਾਨ ਹੋਇਆ ਤਾਂ ਸਰਕਾਰ ਨੇ ਕਿਹਾ ਕਿ ਵੀ ਉਸ ਨੂੰ ਜਿਹੜੇ ਚੈੱਕ ਵੀ ਵੰਡੇ ਜਾਣਗੇ ਤਾਂ ਕਦੋਂ ਤੱਕ ਤਕਸੀਮ ਕੀਤੇ ਜਾ ਰਹੇ ਹੈ ਚੈੱਕ ਤਾਂ ਕਿਸਾਨਾਂ ਨੂੰ ਕੀ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਕੱਲ ਸੀਐਮ ਸਾਹਿਬ ਬੋਰ ਤੋਂ ਸ਼ੁਰੂ ਕਰ ਰਹੇ ਆ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਏਗੀ ਕਿਵੇਂ ਦੇਖਦੇ ਹੋ ਮੰਡੀਆਂ ਦੇ ਵਿੱਚ ਜਿਹੜੀ ਹੈ ਕਣਕ ਆਣੀ ਸਟਾਰਟ ਹੋ ਚੁੱਕੀ ਹੈ ਸਾਰੀ ਤਾਂ ਖਰੀਦਦਾਰ ਸਟਾਰਟ ਕਰਾਤੀ ਤੁਸੀਂ ਬਿਲਕੁਲ ਜੀ ਖਰੀਦ ਸ਼ੁਰੂ ਹੋ ਗਈ ਆ ਔਰ ਅਸੀਂ ਨਾਲ ਦੀ ਨਾਲ ਜਿਹੜੀ ਆ ਉਹ ਲਿਫਟਿੰਗ ਕਰਾਵਾਂਗੇ ਔਰ ਨਾਲ ਦੀ ਨਾਲ ਜਿਹੜੀ ਆ ਪ੍ਰਾਈ ਕਰਾਵਾਂਗੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਬਿਲਕੁਲ ਨਹੀਂ ਆਉਣ ਦਿੱਤੀ ਜਾਏਗੀ ਸਵੇਰੇ ਆਉਣਗੇ ਸ਼ਾਮ ਨੂੰ ਕਰ ਪਿੱਜਾਂਗੇ ਹਲਕੋ ਤੁਸੀਂ ਦੇਖ ਸਕਦੇ ਹੋ ਇਸਨ ਜਿਹੜੇ ਆਮ ਆਦਮੀ ਪਾਰਟੀ ਵਿਧਾਇਕ ਕਰਨਬੀਰ ਸਿੰਘ ਪੁੱਲਰ ਜਿਨ੍ਹਾਂ ਨੇ ਦੱਸਿਆ ਹੈ ਕਿ ਅੱਜ ਜਿਹੜੀ ਕਣਕ ਦੀ ਖਰੀਦ ਜਿਹੜੀ ਸਟਾਰਟ ਕਰ ਦਿੱਤੀ ਗਈ ਹੈ ਔਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਮੰਡੀਆਂ ਵਿੱਚ ਮੁਸ਼ਕਲ ਨਹੀਂ ਆਂਦੇ ਤੇ ਜਾਏਗੀ ਔਰ ਕੱਲ ਤੋਂ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਬੋਰ ਤੋਂ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਹੈ ਖਰਾਬਾ ਚੱਕ ਜਿਹੜਾ ਵੰਡਨ ਦੀ ਸ਼ੁਰੂਆਤ ਕੀਤੀ ਜਾਏਗੀ ਔਰ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਫਿਰ ਤੋਂ ਕੈਰਾਪਸਨ ਜਗਦੀਸ਼ ਕਮਾਦੀ ਫੈਕਟ ਨਿਊਜ਼ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ ਵਾਰ ਜਿਹੜੀ ਹੈ ਕਣਕ ਦੀ ਖਰੀਦ ਦੀ ਸ਼ੁਰੂਆਤ ਅੱਜ ਜਿਹੜੀ ਕਰ ਦਿੱਤੀ ਗਈ ਹੈ ਫਰੋਪੂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਪੁੱਲਰ ਵੱਲੋਂ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਇਹ ਕਣਕ ਜਿਹੜੀ ਮੰਡੀ ਵਿੱਚ ਆ ਚੁੱਕੀ ਹੋਈ ਹੈ ਔਰ ਮੰਡੀ ਦੇ ਵਿੱਚ ਜਿਹੜੀ ਕਣਕ ਹੈ ਉਹ ਸੁੱਕੀ ਕਣਕ ਲੈ ਆ ਕੇ ਕਿਸਾਨ ਜਿਹੜੇ ਹੈ ਮੰਡੀਆਂ ਵਿੱਚ ਜਿਹੜੀ ਕਣਕ ਸੱਟ ਰਹੇ ਨੇ ਔਰ ਜਿਹੜੀ ਅਸੀਂ ਗੱਲ ਕੀਤੀ ਜਾਵੇ ਤਾਂ ਇਸ ਵਾਰ ਪੰਜਾਬ ਸਰਕਾਰ ਦਾ ਜਿਹੜਾ ਟੀਚਾ ਹੈ ਕਰੀਬ ਜਿਹੜੀ ਹੈ 8 ਮੀਟਰ ਟਨ ਜਿਹੜੀ ਹੈ ਕਿ ਕਣਕ ਦੀ ਜਿਹੜੀ ਹੈ ਖਰੀਦ ਕੀਤੀ ਜਾਏਗੀ ਜਿਸ ਨੂੰ ਲੈ ਕੇ ਪ੍ਰਬੰਧ ਜਿਹੜੇ ਆ ਮੰਡੀ ਬੋਰਡ ਵੱਲੋਂ ਸਾਰੇ ਕਰ ਲਿੱਤੇ ਗਏ ਨੇ ਔਰ ਅੱਜ ਵਿਧਾਇਕ ਜਿਹੜੇ ਨੇ ਆਮ ਆਲੀ ਪਾਰਟੀ ਦੇ ਰਮਵੀਰ ਸਿੰਘ ਭੁੱਲਰ ਜਿਹੜੇ ਆ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅੱਜ ਕਣਕ ਦੀ ਜਿਹੜੀ ਹੈ ਖਰੀਦ ਜਿਹੜੀ ਹੈ ਸ਼ੁਰੂਆਤ ਕਰਾਈ ਗਈ ਹੈ ਤਾਂ ਗੱਲਬਾਤ ਕਰ ਲੈਣੇ ਆ ਕਿ ਅੱਜ ਜਿਹੜੀ ਕਣਕ ਦੀ ਖਰੀਦ ਸਟਾਰਟ ਕੀਤੀ ਗਈ ਹੈ ਸਰ ਕੀ ਪੈਰਾਮੀਟਰਸ ਨੂੰ ਲੈ ਕੇ ਸਰ ਅੱਜ ਖਰੀਦ ਜਿਹੜੀ ਹੈ ਸਟਾਰਟ ਕਰਾਈ ਗਈ ਪੈਰਾਮੀਟਰ ਕਣਕ ਸੁੱਕੀ ਹੈ ਜੀ ਜੋ ਸਰਕਾਰ ਦੀਆਂ ਔਰ ਜੋ ਸੈਂਟਰਲ ਗਵਰਨਮੈਂਟ ਦੀਆਂ ਹਦਾਇਤਾਂ ਆ ਉਹਨਾਂ ਨੂੰ ਵੇਖਦਿਆਂ ਹੋਇਆਂ ਮਤਲਬ ਫਸਲ ਚੱਕੀ ਜਾ ਰਹੀ ਹੈ ਜੀ ਸਰ ਪੰਜਾਬ ਸਰਕਾਰ ਦੇ ਦਾਅਵੇ ਸਿਗੇ ਕਿ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਖਰਚ ਖਵਾਈ ਨਹੀਂ ਹੋਏਗੀ ਤਾਂ ਇਸ ਵਾਰ ਜਿਹੜੀ ਸਰਕਾਰ ਦਾ ਟੀਚਾ ਜਿਹੜਾ ਹੈ ਕਰੀਬ ਹੈ ਕਿ 8 ਮੀਟਰ ਟਨ ਜਿਹੜਾ ਹੈ ਹਕੀਕਤਨ ਖਰੀਦੀ ਜਾਏਗੀ ਤਾਂ ਕਿਵੇਂ ਦੇਖਦੇ ਹੋ ਸਰ ਇਸ ਵਾਰ ਨਹੀਂ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਹੁਣਾ ਦਾ ਜਿਹੜਾ ਵਾਅਦਾ ਆ ਉਹ ਪੂਰਾ ਹੋਏਗਾ ਮੁੱਖ ਮੰਤਰੀ ਸਾਹਿਬ ਦਾ ਔਰ ਸਾਰੇ ਜਿਹੜੇ ਵਿਧਾਇਕ ਨੇ ਅਸੀਂ ਸਾਰੇ ਮੰਡੀਆਂ ਚ ਕਿਸਾਨਾਂ ਦੇ ਨਾਲ ਰਵਾਂਗੇ ਸਰ ਇਸ ਵਾਰ ਜਿਹੜੀ ਹੈ ਕਿ ਬੀ ਮੌਸਮੀ ਜਿਹੜੀ ਬਰਸਾਤ ਹੋਈ ਹੈ ਉਸ ਦੇ ਵਿੱਚ ਕਿਸਾਨਾਂ ਦੀ ਫਸਲ ਜਿਹੜੀ ਕਾਫੀ ਨੁਕਸਾਨ ਹੋਇਆ ਤਾਂ ਸਰਕਾਰ ਨੇ ਕਿਹਾ ਕਿ ਵੀ ਉਸ ਨੂੰ ਜਿਹੜੇ ਚੈੱਕ ਹੀ ਵੰਡੇ ਜਾਣਗੇ ਤਾਂ ਕਦੋਂ ਤੱਕ ਤਕਸੀਮ ਕੀਤੇ ਜਾ ਰਹੇ ਹੈ ਚੈੱਕ ਤਾਂ ਕਿਸਾਨਾਂ ਨੂੰ ਕੀ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਕੱਲ ਸੀਐਮ ਸਾਹਿਬ ਬੋਰ ਤੋਂ ਸ਼ੁਰੂ ਕਰ ਰਹੇ ਆ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਏਗੀ ਕਿਵੇਂ ਦੇਖ ਦਿਓ ਮੰਡੀਆਂ ਦੇ ਵਿੱਚ ਜਿਹੜੀ ਹੈ ਕਣਕ ਆਣੀ ਸਟਾਰਟ ਹੋ ਚੁੱਕੀ ਹੈ ਸਾਰੀ ਤਾਂ ਖਰੀਦਦਾਰ ਸਟਾਰਟ ਕਰਾਤੀ ਤੁਸੀਂ ਬਿਲਕੁਲ ਜੀ ਖਰੀਦ ਸ਼ੁਰੂ ਹੋ ਗਈ ਆ ਔਰ ਅਸੀਂ ਨਾਲ ਦੀ ਨਾਲ ਜਿਹੜੀ ਆ ਉਹ ਲਿਫਟਿੰਗ ਕਰਾਵਾਂਗੇ ਔਰ ਨਾਲ ਦੀ ਨਾਲ ਜਿਹੜੀ ਆ ਪ੍ਰਾਈ ਕਰਾਵਾਂਗੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਬਿਲਕੁਲ ਨਹੀਂ ਆਉਣ ਦਿੱਤੀ ਜਾਏਗੀ ਸਵੇਰੇ ਆਉਣਗੇ ਸ਼ਾਮ ਨੂੰ ਕਰ ਪਿੱਜਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸਨ ਜਿਹੜੇ ਆਮ ਆਦਮੀ ਪਾਰਟੀ ਵਿਧਾਇਕ ਕਰਨਬੀਰ ਸਿੰਘ ਪੁੱਲਰ ਜਿਨ੍ਹਾਂ ਨੇ ਦੱਸਿਆ ਹੈ ਕਿ ਅੱਜ ਜਿਹੜੀ ਕਣਕ ਦੀ ਖਰੀਦ ਜਿਹੜੀ ਸਟਾਰਟ ਕਰ ਦਿੱਤੀ ਗਈ ਹੈ ਔਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਮੰਡੀਆਂ ਵਿੱਚ ਮੁਸ਼ਕਲ ਨਹੀਂ ਆਂਦੇ ਤੇ ਜਾਏਗੀ ਔਰ ਕੱਲ ਤੋਂ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਬੋਰ ਤੋਂ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਹੈ ਖਰਾਬਾ ਚੱਕ ਜਿਹੜਾ ਵੰਡਨ ਦੀ ਸ਼ੁਰੂਆਤ ਕੀਤੀ ਜਾਏਗੀ ਔਰ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਫਿਰ ਤੋਂ ਕੈਰਾਪਸਨ ਜਗਦੀਸ਼ ਕੁਮਾਰ ਦੀ ਫੈਕਟ ਨਿਊਜ਼